ਕਿੰਨੇ ਦਿਨ ਹੋ ਗਏ, ਕਹੀ ਜਾਂਦੇ ਸੀ ਸਨੋਹ ਨਹੀਂ ਪੈਂਦੀ ਸਨੋਹ ਨਹੀਂ ਪੈਂਦੀ, ਅੱਜ ਪੈ ਗਈ। ਫਿਰ ਸਨੋਹ ਤੋਂ ਬਾਅਦ ਵਾਲੇ ਹੁਣ ਕੰਮ ਵੀ ਦੇਖ ਲਓ। ਉਬਰ ਕਰਨ ਚੱਲੇ ਹਾਂ ਅਤੇ ਅੱਜ ਮੈਂ ਕਿਹਾ ਥੋੜ੍ਹੇ ਜਿਹੇ ਟਾਈਮ ਸਿਰ ਨਿਕਲ ਜਾਈਏ, ਕਿਉਂਕਿ ਸਨੋਅ ਵਾਲੇ ਦਿਨ ਰਾਈਡਾਂ ਵੱਧ ਆਉਂਦੀਆਂ। ਇਸ ਤੋਂ ਬਾਅਦ ਹਲੇ ਵੀ ਹੋਰ ਵੀ ਬਹੁਤ ਪਿਆ, ਹੁਣ ਦਿਖਾਉਂਦਾ ਮੈਂ। ਆਹ ਮੋਟੀ ਪਰਤ, ਇਹ ਸਾਰੀ ਲਾਉਣੀ ਪੈਣੀ ਆ। ਲੈਟਸ ਸੀ ਔਨ ਅਦਰ ਸਾਈਡ। ਕੰਮ ਤੇ ਨਾਓ ਵੀ ਆਰ ਰੈਡੀ ਟੂ ਗੋ। ਹੁਣ ਆਪਾਂ ਪਹਿਲਾਂ ਸਰਜ ਦੇਖੀਏ ਹੈਗੀ ਵੀ ਹੈ ਕਿ ਨਹੀਂ। ਨੋ ਨੈਟਵਰਕ, ਹੈਗੀ ਆ ਥੋੜ੍ਹੀ ਬਹੁਤ ਸਰਜ ਆ, ਬਾਹਲੀ ਨਹੀਂ ਹੈਗੀ। ਚਲੋ ਲੈਟਸ ਸੀ ਆਪਾਂ ਡੈਸਟੀਨੇਸ਼ਨ ਪਾ ਕੇ ਤੁਰਨੇ ਆ। ਹਾਂਜੀ ਦੋਸਤੋ, ਲਓ ਫਿਰ ਊਬਰ ਕਰਕੇ ਆਪਾਂ ਘਰੇ ਆ ਗਏ ਹਾਂ ਵਾਪਸ। ਅਤੇ ਅੱਜ ਸਨੋਅ ਸਟਾਰਮ ਤਾਂ ਨਹੀਂ ਯਾਰ, ਤਕਰੀਬਨ ਸਨੋਅ ਹੀ ਸੀ, ਬਸ ਨੋਰਮਲ ਜੀ ਸਨੋਅ ਸੀਗੀ। ਵੈਸੇ ਤਾਂ ਪਹਿਲਾਂ ਇੰਨੀ ਕੁ ਤਕਰੀਬਨ ਰੋਜ਼ ਪੈ ਜਾਂਦੀ ਸੀਗੀ, ਐਤਕੀ ਇਹ ਸੀਜ਼ਨ ਸਿਰਫ 2 ਵਾਰੀ ਸਨੋਅ ਪਈ ਆ। ਚਲੋ ਮੇਨ ਮੁੱਦੇ ਵਾਲੀ ਗੱਲ ਇਹ ਆ ਕਿ ਜਦੋਂ ਸਨੋਅ ਪੈਂਦੀ ਆ ਉਦੋਂ ਊਬਰ ਦਾ ਕੀ ਮਾਹੌਲ ਹੁੰਦਾ, ਗੱਲ ਆਪਾਂ ਇਹ ਕਰਨੀ ਆ। ਸੋ ਯਾਰ ਜਦੋਂ ਪਹਿਲਾਂ ਅਸੀਂ ਊਬਰ ਕਰਦੇ ਹੁੰਦੇ ਸੀਗੇ, ਫੋਰ ਐਗਜ਼ਾਮਪਲ ਇਨ 2021 ਜਾਂ 22 ਤੱਕ ਜਦੋਂ ਸਨੋਅ ਹੁੰਦੀ ਸੀਗੀ, ਜਦੋਂ ਵਿੰਟਰ ਦੇ ਵਿੱਚ ਸਨੋਅ ਪੈਂਦੀ ਸੀਗੀ ਤਾਂ ਊਬਰ ਕਰਦੇ ਸੀ, ਤਾਂ ਕਈ ਵਾਰੀ ਐਂ ਹੁੰਦਾ ਸੀਗਾ ਵੀ ਇੱਕ ਦਿਨ ਦਾ $500 ਬਣ ਜਾਂਦਾ ਸੀਗਾ। ਸੋ ਉਹਦੇ ਲਈ ਵਰਥ ਇਟ ਸੀਗਾ ਫੋਰ 1 ਡੇ, ਜੇ ਇੱਕ ਦਿਨ ਦੇ ਵਿੱਚ ਤੁਹਾਨੂੰ $500 ਬਣ ਰਿਹਾ ਤਾਂ ਉਹਦੇ ਲਈ ਠੀਕ ਸੀਗਾ। ਬਟ ਅੱਜ ਦੀ ਡੇਟ ਦੇ ਵਿੱਚ ਨਾਲੇ $500 ਵੀ $500 ਵੀ ਐਂ ਨਹੀਂ ਕਿ 12 ਘੰਟੇ ਲਾ ਕੇ $500 ਬਣ ਜਾਂਦਾ ਸੀਗਾ, 450 ਤੋਂ 500 ਦੇ ਵਿੱਚ ਬਣ ਜਾਂਦਾ ਹੁੰਦਾ ਸੀਗਾ ਸਿਰਫ 8 ਕੁ ਘੰਟੇ ਲਾ ਕੇ, ਠੀਕ ਹੈ। ਸਨੋਅ ਸਟਾਰਮ ਵਾਲੇ ਦਿਨ, ਨੋਰਮਲੀ ਨਹੀਂ ਕਹਿ ਰਿਹਾ ਮੈਂ, ਸਨੋਅ ਸਟਾਰਮ ਵਾਲੇ ਦਿਨ ਦੀ ਗੱਲ ਕਰਦਾ ਪਿਆ। ਬਟ ਹੁਣ ਦੇ ਹਾਲਾਤ ਇਹ ਨੇ ਕਿ ਅੱਜ ਜਿਵੇਂ ਮੈਂ ਹੁਣ ਸਨੋਅ ਸਟਾਰਮ ਦੇ ਵਿੱਚ ਨਿਕਲਿਆ ਤਾਂ 12 ਘੰਟੇ ਤਕਰੀਬਨ ਹੋ ਚੁੱਕੇ ਤੇ ਪੈਸੇ ਕੋਈ ਬਾਹਲੇ ਬਣੇ ਨਹੀਂ, 200-250। ਜੇ ਸਨੋਅ ਸਟਾਰਮ ਦੇ ਵਿੱਚ ਵੀ $250 ਹੀ ਬਣਾਉਣਾ ਫਿਰ ਉਹਦਾ ਕੋਈ ਫਾਇਦਾ ਨਹੀਂ ਗਾ। ਉਹਦਾ ਰੀਜ਼ਨ ਇਹ ਆ, ਉਹ ਵੀ 12 ਘੰਟੇ ਦੇ ਵਿੱਚ, ਉਹਦਾ ਰੀਜ਼ਨ ਇਹ ਆ ਕਿ ਸਨੋਅ ਸਟਾਰਮ ਦੇ ਵਿੱਚ ਐਕਸੀਡੈਂਟ ਹੋਣ ਦੇ ਚਾਂਸਿਸ ਹਾਈ ਹੁੰਦੇ ਆ, ਠੀਕ ਆ। ਆਪਾਂ ਕਦੇ ਵੀ ਜਦੋਂ ਆਪਾਂ ਪਹਿਲਾਂ ਵੀ ਕਰਦੇ ਸੀ ਜੇ 500 ਬਣਦਾ 400 ਬਣਦਾ, ਉਹਦੇ ਵਿੱਚ ਵੀ ਆਪਾਂ ਇਹ ਨਹੀਂ ਰਿਕਮੈਂਡ ਕਰਦੇ ਕਿਸੇ ਨੂੰ ਕਿ ਸਨੋਅ ਸਟਾਰਮ ਦੇ ਵਿੱਚ ਤੁਸੀਂ ਊਬਰ ਕਰੋ, ਠੀਕ ਆ, ਕਿਉਂਕਿ ਇਹਦੇ ਵਿੱਚ ਡਰੋਬੈਕਸ ਕਾਫੀ ਹੋ ਜਾਂਦੇ ਨੇ। ਜਿਵੇਂ ਹੁਣ ਤਾਂ ਬਿਲਕੁਲ ਹੀ ਵਰਥ ਇਟ ਨਹੀਂ ਹੈਗਾ। ਕਿਉਂ ਨਹੀਂ ਵਰਥ ਇਟ? ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ, ਜਿਵੇਂ ਐਕਸੀਡੈਂਟ ਹੋਣ ਦੇ ਚਾਂਸਿਸ
70% ਨੇ, ਸਭ ਤੋਂ ਜ਼ਿਆਦਾ ਚਾਂਸਿਸ ਨੇ ਐਕਸੀਡੈਂਟ ਹੋਣ ਦੇ ਕਿ ਜੇ ਤੁਸੀਂ ਸਪੋਜ਼ ਜੇ ਤੁਸੀਂ ਸਹੀ ਚਲਾ ਰਹੇ ਹੋ, ਆਏ ਨਹੀਂ ਪਤਾ ਵੀ ਤੁਹਾਡੇ ਵਿੱਚ ਕੋਈ ਵੱਜ ਜੇ, ਠੀਕ ਹੈ। ਜੇ ਤੁਸੀਂ ਸਹੀ ਵੀ ਚਲਾ ਰਹੇ ਹੋ, ਇਹ ਨਹੀਂ ਪਤਾ ਵੀ ਗੱਡੀ ਨਾ ਰੁਕੇ, ਠੀਕ ਹੈ, ਗੱਡੀ ਤੁਹਾਡੀ ਨਾ ਰੁਕੇ ਜਾਂ ਕਿਸੇ ਹੋਰ ਦੀ ਨਾ ਰੁਕੇ, ਠੀਕ ਹੈ, ਕੁਛ ਵੀ ਹੋ ਸਕਦਾ। ਸੋ ਸਨੋ ਸਟਾਰਮ ਦੇ ਵਿੱਚ ਐਕਸੀਡੈਂਟ ਹੋਣ ਦੇ ਚਾਂਸਿਸ ਜ਼ਿਆਦਾ ਹੁੰਦੇ ਨੇ, ਅਤੇ ਜੇ ਬਾਏ ਚਾਂਸ ਐਕਸੀਡੈਂਟ ਹੋ ਗਏ ਰੱਬ ਨਾ ਕਰੇ, ਹੈ ਨਾ, ਫਿਰ ਨਾਲੇ ਤਾਂ ਤੁਹਾਡੀਆਂ ਦਿਹਾੜੀਆਂ ਅਗਲੀਆਂ ਮਰਨਗੀਆਂ, ਨਾਲੇ ਜਿਹੜਾ ਇੰਸ਼ੋਰੈਂਸ ਚੜੂਗਾ ਕਲੇਮ ਉਹ ਅੱਡ ਹੋਊਗਾ, ਤੇ ਫਿਰ ਉਹਦੇ ਲਈ ਵਰਥ ਇਟ ਨਹੀਂ ਹੈਗਾ। ਸਨੋ ਸਟਾਰਮ ਦੇ ਵਿੱਚ ਉਬਰ ਕਰਨ ਦਾ ਕੋਈ ਬੜਾ ਫਾਇਦਾ ਹੈ ਨੀਗਾ ਮੇਰੇ ਹਿਸਾਬ ਨਾਲ। ਤੇ ਦੂਜੀ ਚੀਜ਼, ਕਈ ਵਾਰੀ ਜੇ ਤੁਹਾਡੇ ਕੋਲ ਜਿਵੇਂ ਆਲ ਵੀਲ ਡਰਾਈਵ ਨਹੀਂ ਹੈਗੀ ਜੇ, ਤਾਂ ਜੇ ਗੱਡੀ ਕਿਤੇ ਸਟੱਕ ਹੋ ਜਾਵੇ, ਠੀਕ ਹੈ, ਕਿਤੇ ਗੱਡੀ ਫਸ ਜਾਵੇ, ਤਾਂ ਤੁਹਾਨੂੰ ਉੱਥੋਂ ਟੋ ਕਰਾਉਣ ਲਈ ਵੀ $300 ਲੱਗੂਗਾ। ਸੋ ਬੈਨੀਫਿਸ਼ੀਅਲ ਨਹੀਂ ਹੈਗਾ ਉਸ ਕੇਸ ਦੇ ਵਿੱਚ। ਸੋ ਇਸ ਲਈ ਆਪਣੀ ਤਾਂ ਰਾਇ ਇਹੀ ਆ ਕਿ ਜੇ ਤੁਸੀਂ ਸਨੋ ਸਟਾਰਮ ਦੇ ਵਿੱਚ ਊਬਰ ਕਰਦੇ ਹੋ ਤਾਂ ਉਹਦਾ ਕੋਈ ਫਾਇਦਾ ਨਹੀਂ। ਚਲੋ ਮੈਂ ਤੁਹਾਨੂੰ ਅੱਜ ਇੱਕ ਹੋਰ ਚੀਜ਼ ਦਿਖਾ ਦਿੰਦਾ, ਊਬਰ ਕਰਦੇ ਹੋਏ ਜਦੋਂ ਆਪਾਂ ਜਿਵੇਂ ਸਨੋ ਸਟਾਰਮ ਆਇਆ, ਜੇ ਤੁਹਾਨੂੰ ਜੇ ਯਾਰ ਸਨੋ ਸਟਾਰਮ ਦੇ ਵਿੱਚ ਸਰਜ ਨਾ ਲੱਗੀ, ਬਿਨਾਂ ਸਰਜ ਤੋਂ ਇੰਨਾ ਰਿਸਕ ਲੈਣ ਦਾ ਤਾਂ 1% ਵੀ ਫਾਇਦਾ ਨਹੀਂ ਹੈਗਾ, ਹੈ ਨਾ। ਮੈਂ ਹੁਣ ਤੁਹਾਨੂੰ ਇੱਕ ਰਾਈਡ ਦਿਖਾਉਂਦਾ, ਉਹਦੇ ਵਿੱਚ ਮੈਨੂੰ ਆਲਮੋਸਟ 50 ਮਿੰਟ ਲੱਗੇ, ਠੀਕ ਆ, ਰਾਈਡ ਛੱਡਣ ਨੂੰ, ਅਤੇ ਪੈਸੇ ਮੈਨੂੰ ਉਹਦੇ ਆਏ ਸਾਰੇ 15, ਮਤਲਬ ਲਾ ਲਓ ਵੀ 1 ਘੰਟੇ ਦੇ $15 ਮਸਾਂ ਆਏ। ਉਹ $15 ਨੂੰ ਵੀ 15 ਨਹੀਂ ਆਪਾਂ ਕੰਸੀਡਰ ਕਰ ਸਕਦੇ, ਕਿਉਂਕਿ ਉਹਦੇ ਵਿੱਚ 50 ਕਿਲੋਮੀਟਰ 15-16 ਕਿਲੋਮੀਟਰ ਗੱਡੀ ਚੱਲੀ, ਠੀਕ ਆ, ਉਹ ਵੀ ਕੰਸੀਡਰ ਕਰਨਾ ਹੁੰਦਾ। ਮੈਂ ਟ੍ਰਿਪ ਦੇਖ ਚੈੱਕ ਕਰ ਲਾਂ ਕਿੱਥੇ ਸੀਗਾ ਉਹ, ਓਕੇ। ਸੋ ਆ ਪਿਆ ਟ੍ਰਿਪ, ਮੈਨੂੰ ਮਸਾਂ ਹੀ ਲੱਭਿਆ ਇਹ, ਅਤੇ ਆਹ ਦੇਖ ਲਓ ਹੁਣ ਇਹਦੇ ਵਿੱਚ ਕੀ ਆ ਕਿ $15 ਮੈਨੂੰ ਆਏ ਨੇ, ਅਤੇ ਟਾਈਮ ਕਿੰਨਾ ਲੱਗਿਆ 46 ਮਿੰਟ, ਅਤੇ ਕਿਲੋਮੀਟਰ ਕਿੰਨੇ ਸੀਗੇ 12। ਸਪੋਜ਼ ਚਲੋ 12 ਕਿਲੋਮੀਟਰ ਜੇ 12 ਵੀ ਸੀਗੇ, ਪਰ ਟਾਈਮ ਤਾਂ ਦੇਖ ਲਓ, ਟਾਈਮ ਤਾਂ ਮੈਨੂੰ 50 ਮਿੰਟ ਲੱਗੇ ਨਾ, 46 ਮਿੰਟ ਸਿਰਫ ਇਹ ਰਾਈਡ ਦੇ ਦਿਖਾ ਰਿਹਾ। ਇੱਥੋਂ ਜਦੋਂ ਰਾਈਡਰ ਨੂੰ ਪਿੱਕ ਕਰਨਾ ਹੁੰਦਾ ਉਹ ਨਹੀਂ ਇਹਦੇ ਵਿੱਚ ਕੰਸੀਡਰ ਹੁੰਦੇ। ਸੋ ਆਲਮੋਸਟ ਮੈਨੂੰ 50 ਮਿੰਟ ਲੱਗੇ ਰਾਈਡ ਨੂੰ ਛੱਡਣ 'ਤੇ। ਸੋ ਇਹ ਚੀਜ਼ਾਂ ਬਹੁਤ ਹੁੰਦੀਆਂ ਨੇ ਜਦੋਂ ਆਪਾਂ ਊਬਰ ਕਰਦੇ ਹਾਂ ਸਟਾਰਮ ਦੇ ਵਿੱਚ, ਜਾਂ ਭੀੜ ਹੋ ਜਾਂਦੀ ਆ ਜਦੋਂ, ਫਿਰ ਉੱਥੇ ਕਿਲੋਮੀਟਰ ਜੇ ਤੁਹਾਡੇ ਨਹੀਂ ਬਣਦੇ ਪਏ ਤਾਂ ਉਹਦੇ ਆਪਾਂ ਨੂੰ ਪੈਸੇ ਬਾਹਲੇ ਨਹੀਂ ਆਉਂਦੇ। ਸੋ ਇਸ ਲਈ ਮੈਨੂੰ ਲੱਗਦਾ ਵੀ ਜਦੋਂ ਸਨੋ ਸਟਾਰਮ ਹੁੰਦਾ ਉਹਦੇ ਵਿੱਚ ਊਬਰ ਕਰਨਾ ਕੋਈ ਬਾਹਲੀ ਫਾਇਦੇ ਵਾਲੀ ਗੱਲ ਹੈ ਨੀਗੀ। ਸੋ ਤੁਹਾਨੂੰ ਕੀ ਲੱਗਦਾ, ਤੁਸੀਂ ਆਪਣੇ ਵਿਚਾਰ ਵੀ ਮੈਨੂੰ ਕਮੈਂਟ ਕਰਕੇ ਦੱਸਿਓ ਕੀ ਮਾਹੌਲ ਆ, ਹੈ ਨਾ, ਕੀ ਤੁਹਾਨੂੰ ਕੀ ਲੱਗਦਾ, ਅਤੇ ਹੋਰ ਕਿਹੜੇ ਟੋਪਿਕ 'ਤੇ ਤੁਹਾਨੂੰ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਮੈਨੂੰ ਉਹ ਵੀ ਜ਼ਰੂਰ ਕਮੈਂਟ ਕਰਕੇ ਦੱਸਿਓ।